ਖਰੂਰ ਸਾਹਿਬ ਸੀਟ ਦੇ ਵਿੱਚ ਕੀ ਸਥਿਤੀ ਰਹੇਗੀ VOTING ਲਗਾਤਾਰ ਜਾਰੀ ਹੈ ਕਾਂਗਰਸ ਉਮੀਦਵਾਰ ਕੁਲਵੀਰ ਸਿੰਘ ਜੀਰਾਸੂਏ ਸਾਡੇ ਨਾਲ ਜੀਰਾ ਸਾਹਿਬ 바ਵਾ ਇਲਾਕਾ ਘੁਮ ਘੁਮ ਆਏ ਹੋਗੇ ਕੀ ਲੱਗਦਾ ਹੈ ਕਿਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਨਵਿੰਦਰ ਜੀ ਗੁਰੂ ਸਾਹਿਬ ਦੀ ਬੜੀ ਆਪਾਰ ਕਿਰਪਾ ਔਰ ਗੱਲ ਇਹ ਹੈ ਕਿ ਪਵਿੱਤਰ ਸੀਟ ਹੈ ਤੇ ਪਵਿੱਤਰ ਸੀਟ ਤੇ ਬੱਲੇ ਬੱਲੇ ਹੋਈ ਪਈ ਹੈ ਕਾਂਗਰਸ ਦੀ ਅੱਛਾ ਕੀ ਲੱਗਿਆ ਤੁਹਾਨੂੰ ਕਿ ਕਿਉਂਕਿ ਜ਼ੋਰ ਤਾਂ ਸਾਰੇ ਪਾਸੇ ਇੱਕੋ ਜਿਹਾ ਲੱਗਿਆ ਹੋਇਆ ਹੈ ਚਾਹੇ ਉਹ ਸੱਤਾ ਤੇ ਰੋਵੇ ਸੱਤਾ ਤੇ ਰਕਦੀ ਹੈ ਕਿ ਬੜੇ ਬੜੇ ਉਹਨਾਂ ਨੇ ਵੀ ਕਈ ਐਸੇ ਤਾਤਰ ਕੇ ਕੇ ਦੇ ਤੇ ਤੁਹਾਨੂੰ ਫਾਇਦਾ ਹੋ ਜਾਊਗਾ ਔਰ ਅਕਾਲੀਦਰ ਪਹਿਲਾਂ ਸੀਟ ਲੈਂਦਾ ਰਿਹਾ ਬੇਸ਼ੱਕ ਹੁਣ ਕਾਂਗਰਸ ਕੋਲੇ ਆ ਤੇ ਉਧਰ ਭਾਜਪੀ ਦੇ ਨਾਲ ਆਜ਼ਾਦ ਉਮੀਦਵਾਰ ਆਜ਼ਾਦ ਉਮੀਦਵਾਰ ਜਿਸ ਨੂੰ ਲੈ ਕੇ ਸਾਰੇ ਸਮੀਕਰਨ ਬਦਲਦੇ ਨਜ਼ਰ ਆਉਂਦੇ ਆ ਕਹਿੰਦੇ ਨੇ ਉਹ ਆਪਣੂ ਪੱਖ ਕਹਿੰਦੇ ਨੇ ਉਧਰੋਂ ਅਕਾਲੀਦਰ ਕਹਿੰਦਾ ਕਿ ਅਸੀਂ ਪੰਥ ਦੀ ਰਾਜਨੀਤੀ ਕਰਦੇ ਆ ਤੇ ਤੁਸੀਂ ਕਹਿੰਦੇ ਕਿ ਮੈਂ ਵੀ ਜਿਹੜਾ ਪੰਥ ਦਾ ਉਮੀਦਵਾਰ ਗੱਲ ਇਹ ਆ ਕਿ ਲੋਕਤੰਤਰ ਲੋਕਤੰਤਰ ਤੇ ਹਰੇਕ ਬੰਦੇ ਨੂੰ ਜੁਣ ਲੜਨ ਦਾ ਹੱਕ ਆ ਔਰ ਮੈਂ ਇਹ ਕਹਿਣਾ ਕਿ ਜੇ ਕਿਸੇ ਨੂੰ ਦੱਸਣਾ ਹੀ ਪਵੇ ਕਿ ਮੈਂ ਪੰਥਕ ਪਰਿਵਾਰ ਚੋਂ ਆ ਤੇ ਉਹ ਵੀ ਮਾੜੀ ਗੱਲ ਆ ਇਸ ਕਰਕੇ ਜਿਵੇਂ ਵਿਰਸਾ ਸਿੰਘ ਜੀ ਦੱਸ ਰਹੇ ਨੇ ਆ ਜਿਹੜਾ ਸਾਲ ਤੋਂ ਨਵੇਂ ਪੰਥਕ ਬਣੇ ਨੇ ਉਹ ਆਪਦੇ ਆਪ ਨੂੰ ਪੰਥਕ ਦੱਸ ਰਹੇ ਨੇ ਤੇ ਮੇਰੀਆਂ ਤਾਂ ਚਾਰ ਪੀੜ੍ਹੀਆਂ ਹੋਈਆਂ ਮੈਨੂੰ ਦੱਸਣ ਦੀ ਲੋੜ ਨਹੀਂ ਮੇਰਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਔਰ ਇਹ ਜਿਹੜਾ ਚਾਰ ਤਰੀਕ ਨੂੰ ਰਿਜ਼ਲਟ ਸਾਹਮਣੇ ਆ ਜਾਣਾ ਕਿ ਪੰਥਕ ਕੌਣ ਸੀ ਤੇ ਕੌਣ ਨਹੀਂ ਕਿਉਂਕਿ ਲੋਕ ਚੰਗੀ ਤਰ੍ਹਾਂ ਜਾਣਦੇ ਅੱਛਾ ਪੂਰਾ ਤੁਸੀਂ ਖਡੂਰ ਸਾਹਿਬ ਸੀਟ ਤੇ ਅਗਰ ਗੱਲ ਕਰੀ ਤਾਂ ਕਿੱਥੇ ਕਿਹਦੇ ਸਬੰਧਕਰਨ ਤੁਹਾਨੂੰ ਠੀਕ ਲੱਗੇ ਕਿਹੜੀ ਚੀਜ਼ ਤੁਹਾਨੂੰ ਲੱ ਸਮਿਕਰਨ ਜੇ 2 ਘੰਟੇ ਪੜ੍ਹ ਨਹੀਂ ਤਾਂ ਸਮਿਕਰਨ ਤੁਹਾਨੂੰ ਮੈਂ ਆਫਲਾਈਨ ਵੈਸੇ ਦੱਸ ਹੀ ਦਿੱਤੇ ਨੇ ਸੇਮ ਉਹ ਸਮਿਕਰਨ ਰਹਿਣਗੇ ਬੱਲੇ ਬੱਲੇ ਰਹੂਗੀ ਕਾਂਗਰਸ ਦੀ ਚੜ੍ਹਾਈ ਰਹੂਗੀ ਸੀਟ ਜਿੱਤਾਂਗੇ ਅੱਛਾ ਖੜੂਰ ਸਾਹਿਬ ਤੁਸੀਂ ਦਾਵਾ ਕਰਤਾ ਵੀ ਜਿੱਤਾਂਗੇ ਪੰਜਾਬ ਦੇ ਵਿੱਚ ਕੀ ਹਾਲਾਤ ਲੱਗਦੇ ਨੇ ਪਰ ਉਧਰ ਦਿੱਲੀ ਵਾਲੇ ਪਾਸੇ ਕੀ ਲੱਗਦੇ ਗੱਲ ਇਹ ਹੈ ਕਿ ਜਿਹੜਾ 13 0 ਕਹਿੰਦੇ ਸੀਗੇ ਉਹਨਾਂ ਨੂੰ ਨਾ ਤਾਂ 13 13 ਆਉਣੀ ਹੈ 0 ਜ਼ਰੂਰ ਉਹਨਾਂ ਨੂੰ ਆ ਜਾਊਗਾ ਰਕਲਵੀਰ ਜੀ ਉਹ ਤਾਂ ਗੱਲ ਥੋੜੀ ਵਿਰੋਧੀ ਕਹਿੰਦੇ ਵੀ ਇੱਕ ਗੱਲ ਬਾਤ ਹੀ ਹੈ ਚਾਹੇ ਥੋੜੀ ਸੀਟਾਂ ਜੇ ਉਹਨਾਂ ਦੀ ਆ ਜੇ ਦਿੱਲੀ ਜਾ ਕੇ ਕਹਿੰਦੇ ਇੱਕ ਹੀ ਇਕੱਠੀਆਂ ਹੋ ਜਾਣੀਆਂ ਇੱਥੇ ਜਿਵੇਂ ਮਾਈਕ ਵਾਲੇ ਤੇ ਤਕੜੀ ਵਾਲੇ ਇਕੱਠੇ ਹੋਏ ਜਾਈ ਨੇ ਉਵੇਂ ਹੀ ਕਹਿੰਦੇ ਹਾਂ ਤੁਸੀਂ ਗੱਲ ਇਹ ਕਿ ਜੀਰਾ ਹੈ ਜੀਤੇ ਤੋਂ ਬਿਨਾ ਤੜਕਾ ਨਹੀਂ ਲੱਗਦਾ ਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਪੰਜਾਬ 'ਚ ਸਮਝੌਤਾ ਨਹੀਂ ਮੰਨਾਂਗੇ ਪਾਰਟੀ ਛੱਡਣੀ ਮਨਜ਼ੂਰ ਆ ਇਸ ਕਰਕੇ ਉੱਤੇ ਜੇ ਬੰਨਾ ਹੈ ਤੇ ਉੱਤੇ ਰਾਹੁਲ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਬੰਨਾ ਹੈ ਰਾਹੁਲ ਗਾਂਧੀ ਜੀ ਦੇ ਨਾਲ ਉਹ ਸਾਡਾ ਬੌਸ ਇੱਕ ਵਾਰ ਸਿੱਖ ਮਟੂਆ ਨੇ ਹੋਰ ਅਜ ਬੜਾ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਨੇ ਕਿ ਕੇਂਦਰ ਦੇ ਵਿੱਚ ਕਿਸੇ ਦੀ ਸਰਕਾਰ ਆਵੇ ਚਾਹੇ ਭਾਜਪਾ ਲਿਆਵੇ ਚਾਹੇ ਇੰਡੀਆ ਆਲਾ ਗੱਠਜੋੜ ਨੇੜੇ ਕਰ ਜੇ ਉਹਦੇ ਅਸੀਂ ਕਿਸੇ ਦਾ ਹਿੱਸਾ ਨਹੀਂ ਬਣਨਾ ਅਸੀਂ ਕਿਸੇ ਨੂੰ ਸਮਰਥਨ ਨਹੀਂ ਦੇਣਾ ਉਹਦੇ ਪੰਥ ਤੇ ਅਸੀਂ ਉਨੀ ਤੇਰੀ ਜਾਂਦੇ ਕਿ ਪੰਜਾਬ ਲਈਏ ਅਸੀਂ ਜਿਹੜਾ ਠੀਕ ਰਹਿੰਦਾ ਜੇ ਅਸੀਂ ਸੱਤਾ 'ਚ ਬਾਹਰ ਹਾਂ ਸੱਤਾ 'ਚ ਜਾਂਦੇ ਆ ਤਾਂ ਨੁਕਸਾਨ ਹੋ ਜਾਂਦਾ ਵੈਸੇ ਉਹ ਜਿਹੜੀ ਮੂੰਹੋਂ ਗੱਲ ਕੱਢਦੇ ਉਹ ਪੂਰੀ ਹੁੰਦੀ ਹੁੰਦੀ ਹੈ ਕਿਉਂਕਿ ਉਹਨੂੰ ਪਤਾ ਕਿ ਇੱਥੇ ਵੀ 5ਵੇਂ ਨੰਬਰ ਤੇ ਆ ਤੇ ਜੇਤੇ ਇਹਨਾਂ ਦਾ ਕੋਈ ਰਿਆ ਨਹੀਂ ਤੇ ਹਿਸਾ ਇਹਨਾਂ ਨੇ ਬੰਨਾ ਕਿ ਇਹਦਾ ਪੰਜਾਬ ਚ ਹਿਸਾ ਨਹੀਂ ਰਿਆ ਇਹਨਾਂ ਦਾ ਲੋਕਾਂ ਨੇ ਇਥੋਂ ਵੀ ਸਖੜਤਾ ਇਹਨਾਂ ਦਾ ਅੱਜ ਤੁਸੀਂ ਵੇਖੋ ਇਹਨਾਂ ਦੇ ਬੂਥਾਂ ਦੇ ਉੱਤੇ ਮੈਿਕਾ ਵਾਲਿਆਂ ਦੇ ਝੰਡੇ ਲੱਗੇ ਹੋਏ ਆ ਅੱਛਾ ਅਕਾਲੀ ਦਲ ਦੀ ਵੇਸੇ ਫਿਰ ਵੀ ਤੁਸੀਂ ਚਲੋ ਇਹ ਤਾਂ ਇੱਕ ਪੋਲੀਟੀਕਲ ਤੰਜ ਹੋ ਗਿਆ ਪਰ ਫਿਰ ਵੀ ਕਿੱਥੇ ਦੇਖਦੇ ਹੋ ਅਕਾਲੀ ਦਲ ਅਕਾਲੀ ਦਲ ਮੈਨੂੰ ਲੱਗਦਾ ਹੈ ਕਿ ਜਿਹੜੇ ਆ ਰਿਜ਼ਲਟ ਨੇ ਟੋਟਲ ਜਿੱਥੇ ਜਵੇਂ ਸਾਡੇ ਇੱਥੇ ਸਾਡੇ ਦਾ ਆਊਗਾ ਚੌਥੇ ਨੰਬਰ ਤੇ ਬਾਕੀ ਜਗ੍ਹਾ ਤੇ ਜਿੱਥੇ ਨਹੀਂ ਕੋਈ ਹੈਗਾ ਉਹ ਉੱਥੇ ਤੀਜੇ ਨੰਬਰ ਤੇ ਰਹਿ ਜਾਊਗਾ ਮੈਂ ਕਿ ਪਹਿਲੀ ਦੂਜੀ ਵਾਲੀ ਕਿਤੇ ਲੜਾਈ ਆ ਔਰ ਬਠਿੰਡੇ ਦੇ ਵਿੱਚ ਜੋ ਹਾਲਾਤ ਬਣੇ ਆ ਉਹ ਵੀ ਤੁਸੀਂ ਬੜੀ ਚੰਗੀ ਤਰ੍ਹਾਂ ਵੇਖ ਰਹੇ ਹੋ ਕਿਉਂਕਿ ਜਦੋਂ ਤੋਂ ਭਾਈਆ ਤੇ ਭੈਣ ਕੱਢਦੇ ਬਾਹਰ ਤੇ ਉਹ ਵਿਚਾਰਾ ਹੁਣ ਉਹ ਵਿਕਰਮ ਜੀ ਡਰਿਆ ਫਿਰਦਾ ਉਹਨੂੰ ਇਹ ਕਿਤੇ ਮੈਨੂੰ ਨਾ ਬਾਹਰ ਕੱਢ ਦੇਣ ਪਰ ਉਹਨੇ ਟਿਕਟ ਮੰਗੀ ਸੀ ਖੂਰ ਸਾਬ ਤੋਂ ਉਹਨੂੰ ਦੋ ਦਿਨ ਹੀ ਕਹਤਾ ਸੀ ਕਿ ਚੁੱਪ ਕਰ ਜਾ ਉਹਨੂੰ ਉਦੋਂ ਹੀ ਹਾਲਾਤ ਆਪਦੇ ਪਤਾ ਲੱਗ ਗਏ ਸੀ ਬੀਜਪੀ ਦੇ ਕੀ ਹਾਲਾਤ ਰਹਿਣਗੇ ਪੰਜਾਬ 'ਚ ਬੀਜਪੀ ਦੇ ਤਾਂ ਹਾਲਾਤ ਵਧੀਆ ਭਰਾਵਾ ਗੱਲ ਇਹ ਕਿ ਅਸੀਂ ਭੁੱਲੇ ਨਹੀਂ ਉਹ ਦਿਨ ਮੈਂ ਵੀ 11 ਮਹੀਨੇ ਬੈਠਾ ਰਿਆ ਤੇ 13 ਮਹੀਨੇ ਜਿਹੜੇ ਆ 14 ਮਹੀਨੇ ਸਾਡੇ ਕਿਸਾਨ ਭਰਾ ਬੈਠੇ ਰਹੇ ਮੈਂ ਤਾਂ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਮੈਨੂੰ ਤਾਂ ਵਾਪਸ ਆਉਣਾ ਪਿਆ ਪਰ ਉਹਦੇ ਚ ਇਹ ਆ ਕਿ ਇਹਨਾਂ ਨੂੰ ਫੁੱਲ ਲੈ ਕੇ ਤੁਰੇ ਤਾਂ ਜ਼ਰੂਰ ਸੀ ਦਿੱਲੀ ਤੋਂ ਪਰ ਸ਼ੰਭੂ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਭਰਾ ਬੈਠੇ ਆ ਉਹਨਾਂ ਨੇ ਪੱਤੀਆਂ ਜੀਆਂ ਝਾੜਦੀਆਂ ਹੁੰਦਾ ਡੰਡੀ ਜੀ ਰਹਿ ਗਈ ਉਹ ਡੰਡੀ ਜੀ ਦਾ ਕਿੰਨਾ ਕੋਈ ਫਾਇਦਾ ਹੋਊਗਾ ਤੁਸੀਂ ਵੇਖ ਲਿਓ ਤੁਹਾਡਾ ਇੱਕ ਉਸ ਵੇਲੇ ਬੇਲੀ ਤੁਹਾਡੇ ਨਾਲ ਧਰਨੇ ਤੇ ਬੈਠਾ ਹੁੰਦਾ ਸੀ ਉਹ ਅੱਜ ਕੱਲ ਉਧਰ ਹੀ ਚਲਾ ਗਿਆ ਰਵਨੀਤ ਬਿੱਟੂ ਗੱਲ ਇਹ ਆ ਕਿ ਜੇ ਉਧਰ ਚਲਾ ਗਿਆ ਜਿਹੜਾ ਭਗੌੜਾ ਹੋਵੇ ਭਗੌੜੇ ਨੂੰ ਅਗਲੇ ਘਰ ਵਾਲੇ ਵੀ ਨਹੀਂ ਆਪਦਾ ਮੰਨਦੇ ਉਹਨਾਂ ਨੂੰ ਪਤਾ ਕਿ ਜੇ ਉਹਨਾਂ ਦਾ ਨਹੀਂ ਰਹਿ ਤਾਂ ਰਹਿਣਾ ਇਹਨੇ ਸਾਡਾ ਤੇ ਮੈਂ ਤਾਂ ਉਦੋਂ ਵੀ ਕਹਿਆ ਜਦੋਂ NSA ਲੱਗੀ ਮੈਂ ਕਿਹਾ ਗੱਲ ਇਹ ਕਿ ਇਹਦੇ ਸਿਕਿਉਰਟੀ ਲੈ ਆ ਥੋੜੇ ਜੇ ਕਰਸਣ ਵਾਲੇ ਆ ਹੁਣੇ BJP ਚਲਾ ਗਿਆ ਮੈਨੂੰ ਲੱਗਦਾ ਉਹ ਦਿਮਾਗ ਸੈੱਟ ਹੋ ਜੂ ਅੱਗੇ ਨਾਲ अच्छा ਤੁਸੀਂ বিজেপি ਤੇ ਵੀ ਤੁਹਾਨੂੰ ਲੱਗਦਾ ਹੈ ਕਿ ਹਾਲਾਤ ਐਸੇ-ਵੇਸੇ ਨੇ ਪਰ ਫਿਰ ਵੀ বিজেপি ਕਹਿੰਦੀ ਹੈ ਕਿ ਅਸੀਂ ਤਾਂ ਭਾਈ 400 ਦੇ ਨੇੜੇ ਕਰ ਜਾਾਂਗੇ ਉਹਨਾਂ ਦੇ 400 ਟਪਾ ਦੇਾਂਗੇ ਪਰ ਐਕਚੁਅਲ ਦੇ ਵਿੱਚ ਕਿਉਂਕਿ ਤੁਸੀਂ ਗੱਲਬਾਤ ਦਿੱਲੀ ਤੋਂ ਨੂੰ ਜਿੱਦਾਂ ਤੁਹਾਡਾ ਸੁਭਾਅ ਤੁਸੀਂ ਨਹੀਂ ਹਟੇ ਹੋਣੇ ਫੋਨ-ਫੋਨ ਕਰਦੇ ਰਹੇ ਹੋਗੇ ਸਾਰੇ ਪਾਸੇ ਤਾਂ ਉਹਨਾਂ ਫੋਨਾਂ 'ਚ ਉਹਨਾਂ ਗੱਲਾਂਬਾਤਾਂ 'ਚ ਕੀ ਨਿਕਲ ਰਿਹਾ ਗੱਲ ਹੈ ਨਵਿੰਦਰ ਜੀ ਇੱਥੇ ਤੁਸੀਂ ਇੱਥੇ ਮੈਂ 4 ਤਰੀਕ ਨੂੰ ਰਿਜ਼ਲਟ ਆ ਜਾਣੇ ਆ ਤੁਸੀਂ ਵੇਖਿਓ ਇਹ ਤਾਂ ਵਿਚਾਰੇ 200 ਤੋਂ ਪਾਰ ਹੋ ਜਾਣ ਤੇ ਇੰਨਾ ਹੀ ਬਹੁਤ 200 ਤੋਂ ਪਾਰ ਵੀ ਨਹੀਂ ਹੁੰਦੇ 180 ਜਾਂ 90ਾਂ ਤੇ ਜਾ ਕੇ ਸਿਮਟ ਜਾਣਗੇ ਜਿਹੜੀ ਜਿਹੜੀ ਸਾਡੇ ਨਾਲ ਹੋਈ ਸੀ ਨਾ ਪਿਛਲੀ ਵਾਰ ਕਿ ਜਿਵੇਂ ਅਸੀਂ ਕਰ ਸਾਡੀ ਸਰਕਾਰ ਆ ਯਾਰ ਬੱਲੇ ਬੱਲੇ ਹੋ ਜੂਗੀ ਠੀਕ ਹੈ ਪੰਜਾਬ 'ਚ ਹਾਂ ਤੇ ਮਾਂਜੇ ਵਾਲਿਆਂ ਦੇ ਬੂਥ ਨਹੀਂ ਲੱਗੇ ਤੇ ਉਹ ਮਾਂਜਾ ਮਾਰ ਕੇ ਤੇ ਐਗਤੀ ਉਹ ਹੀ ਹੋਣਾ ਹੈ ਐਗਤੀ ਲੋਕ ਕਹਿੰਦੇ ਆ ਕਿ ਜੇ ਕਿਤੇ ਰੰਗਾ ਬਿੱਲਾ ਆ ਗਏ ਤੇ ਜੀਆਰ ਪੰਜਾਬ 'ਚ ਪੰਜਾਬ ਦਾ ਬੇੜਾਗਰ ਕਰ ਦੇਣਗੇ ਦੇਸ਼ ਦਾ ਬੇੜਾਗਰ ਕਰ ਦੇਣਗੇ ਅੱਜ ਲੋਕ ਯਾਦ ਕਰਦੇ ਉਹ ਕਹਿੰਦੇ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਉਦੋਂ 400 ਦਾ ਸਿਲੰਡਰ ਮਿਲਦਾ ਸੀ ਅੱਜ 1100 ਦਾ ਤੇ ਔਰ ਲੋਕ ਮੈਨੂੰ ਇਹ ਗੱਲ ਕਹਿੰਦੇ ਕਈ ਮਾਵਾ ਇਹ ਗੱਲ ਕਹਿੰਦੀਆਂ ਕਿ ਜੇ ਤੇ ਜੀਆਰ ਬਣ ਗਏ ਤੇ 3000 ਦਾ ਸਿਲੰਡਰ ਹੋ ਜਾਊਗਾ ਤੇ ਬਾਲਣ ਲਈ ਤਾਂ ਹੀ ਜਿਵੇਂ ਕਹਿੰਦੇ ਦਰਖਤ ਛੱਡੇ ਨਹੀਂ ਫਿਰ ਤਾਂ ਇਹ ਹੈ ਕਿ ਜਵਾਕਾਂ ਨੇ ਕੱਪੜੇ ਛਾੜ ਛੜ ਕੇ ਰੋਟੀ ਕਮਕਾਉਣੀਆਂ ਪਿਆ ਕਰਨੀਆਂ ਕਾਂਗਰਸ ਦੇ ਕੀ ਅਨੁਮਾਨ ਨੇ ਤੁਹਾਡੇ ਸੈਂਟਰ ਦੇ ਗੱਲ ਇਹ ਕਿ ਸਾਡੀ ਤਾਂ ਸਰਕਾਰ ਪੱਕੀ ਹੈ ਔਰ ਇਹਦੇ 'ਚ ਕੋਈ ਸ਼ੱਕ ਵੀ ਹੈ ਨਹੀਂਗਾ ਔਰ ਜੋ ਰਿਜ਼ਲਟ ਅੱਜ ਪੰਜਾਬ ਦੇ ਵਿੱਚ ਆ ਰਹੇ ਨੇ ਤੁਸੀਂ 7 ਦੱਸਦੇ ਸੀ ਹੁਣ ਤੁਸੀਂ ਕਹਿੰਦੇ ਹੋ ਕਿ ਸਾਨੂੰ ਪਤਾ ਲੱਗਿਆ ਕਿ ਤੁਸੀਂ ਕਹਿੰਦੇ 11 ਆਉਂਦੀਆਂ ਨੇ ਤੇ 13 ਤੁਸੀਂ ਤਾਂ ਨਹੀਂ ਦੱਸਦੇ ਕਿ ਯਾਰ 13 ਆਨੰਦ ਸੀ ਹੋ ਸਕਦਾ 13 ਵੀ ਆ ਜਾਣ ਕੋਈ ਵੱਡੀ ਗੱਲ ਨਹੀਂ ਹੈਗੀ ਅੱਛਾ ਬੜਾ ਸ਼ਾਂਤ ਜਾ ਘੁੰਮ ਰਹੇ ਹੋ ਕਲਵੀਰ ਜੀ ਰਾਜ ਇਹ ਇੰਨੀ ਸ਼ਾਂਤੀ ਇੰਨਾ ਅੱਜ ਠੰਡਾ ਮਠਾ ਕਲਵੀਰ ਜੀ ਦਾ ਕਿਵੇਂ ਲੱਗ ਰਿਹਾ ਹਲਕੀ ਹਲਕੀ ਸਮਾਈ ਗੱਲ ਇਹ ਆ ਕਿ ਅੱਗੇ ਬਾਪੂ ਜੀ ਸੀ ਕੋਈ ਫਿਕਰ ਨਹੀਂ ਸੀ ਹੁਣ ਬਾਪੂ ਦੀ ਵੀ ਜ਼ਿੰਮੇਵਾਰੀ ਹੈ ਜਿਹੜੀ ਪੱਗ ਉਹ ਵੀ ਮੇਰੇ ਸਿਰ ਤੇ ਆ ਉਹਦੇ ਨਾਲ ਨਾਲ ਜੀਰੇ ਹਲਕੇ ਦੀ ਜ਼ਿੰਮੇਵਾਰੀ ਸੀ ਔਰ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਨੌਵਾਂ ਹਲਕੇਾਂ ਦੀ ਦਿੱਤੀ ਹੈ ਔਰ ਉਸ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹੜੀ ਗੁਰੂਆਂ ਦੀ ਧਰਤੀ ਹੈ ਚਰਨਛੋ ਔਰ ਗੁਰੂਆਂ ਦੀ ਚਰਨਛੋ ਧਰਤੀ ਦੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਗੱਲ ਨਾਲ ਪੱਗ ਨੂੰ ਦਾਗ ਲੱਗੇ ਅਜ ਮੇਰੇ ਜੀਰੇ ਨਰੇਸ਼ ਘਟਾਰੀਆ ਦੇ ਜਿਹੜੇ ਗੁੰਡੇ ਨੇ ਜਿਹੜੇ ਲਾਰੈਂਸ ਬਸ਼ਨੋਈ ਦੇ ਨਾਲ ਮਿੱਤਰ ਨੇ ਉਹਨਾਂ ਨੇ ਅੱਜ ਗੋਲੀ ਚਲਾਈ ਹੈ ਮੇਰੇ ਸਰਪੰਚ ਨਾਲ ਲੜਿਆ ਮੈਂ ਉਹਨਾਂ ਨੂੰ ਕਿਹਾ ਕਿ ਐਂ ਕਿ ਤੁਸੀਂ ਚੁੱਪ ਕਰਕੇ ਵੋਟਾਂ ਪਾਓ ਆਪਾਂ ਪੁਲਿਸ ਕਾਰਵਾਈ ਕਰੂਗੀ ਜੇ ਨਹੀਂ ਪੁਲਿਸ ਨਹੀਂ ਕਾਰਵਾਈ ਕਰਦੀ ਫਿਰ ਜੀਰੇ ਨੂੰ ਕਾਰਵਾਈ ਕਰਾਉਣੀ ਆਉਂਦੀ ਹੈ ਪਰ ਆਪਾਂ ਇਲੈਕਸ਼ਨ ਸ਼ਾਂਤਮਈ ਲੜਨਾ ਕਿਉਂਕਿ ਇਹ ਬਖਲਾੜ ਛਾਇਪੇ ਨੇ ਹੁਣ ਤੁਸੀਂ ਵੇਖੋ ਇੱਕ ਫੇਕ ਆਡੀਓ ਚੱਲ ਰਹੀ ਹੈ ਉਹ ਪਹਿਲਾਂ ਰਾਜਾ ਬੜਿੰਗਜੀ ਦੀ ਚੱਲੀ ਹੁਣ ਅਸੀਂ ਜਿੰਨੇ ਉਮੀਦਵਾਰੋਂ ਸਾਰਿਆਂ ਦੀ ਚੱਲ ਰਹੀ ਹੈ ਕਿ ਮੈਂ ਕੁਲਵੀਰ ਸਿੰਘ ਜੀਰਾ ਬੋਲ ਰਿਹਾ ਵੀ ਠੀਕ ਹੈ ਕਿ ਵੋਟਾਂ ਇੱਧਰ ਪਾ ਦਿਓ ਮੈਂ ਗੱਲ ਕਹਿਣਾ ਕਿ ਜਦੋਂ ਅਸੀਂ ਸਫੇਰ ਦੇ ਘੁੰਮ ਰਹੇ ਹਾਂ ਮੈਂ ਅੱਗੇ ਵੀ ਆਪਦੇ ਵਾਲੇ ਤੋਂ ਵੀ ਮੈਂ ਲਾਈਵ ਹੋ ਕੇ ਦੱਸਿਆ ਕਿ ਚੋਣ ਨਿਸ਼ਾਨ ਪੰਜਾਂ ਤੇ ਪੰਜੇ ਨੂੰ ਪਹੁੰਚੀਆਂ ਤਾਂ ਨਵੇਂ ਕਿਸੇ ਦੀ ਆਡੀਓ ਹੁਣ ਦੁਪਹਿਰ ਦੀ ਜਿਹੜੀ ਉਹ ਸਾਡੇ ਲੀਡਰ ਰਾਹੁਲ ਗਾਂਧੀ ਜੀ ਦੀ ਚਲਾਤੀ ਇਸ ਕਰਕੇ ਬੀਜੇਪੀ ਤੇ ਬਖਲਾੜ ਚਾਏ ਫਿਰਦੇ ਇਹਨਾਂ ਦੇ ਕਿਤੇ ਬੂਥ ਨਹੀਂ ਲੱਗ ਰਹੇ ਇਹਨਾਂ ਦੀ ਕਿਤੇ ਕੋਈ ਗੱਲਬਾਤ ਨਹੀਂ ਆਖਰੀ ਆਖਰੀ ਸਵਾਲ ਅਮਰਤਪਾਲ ਦੀ ਸਥਿਤੀ ਕੀ ਦਿਖਜੋ ਕਿਉਂਕਿ ਵੱਡਾ ਦਾਵਾ ਕੀਤਾ ਜਾ ਰਿਹਾ ਗੱਲ ਇਹ ਹੈ ਕਿ ਜੇ ਤਾਂ ਸੋਸ਼ਲ ਮੀਡੀਆ ਤੇ ਵੋਟਾਂ ਪਾਉਂਦਾ ਤੇ ਜਿੱਤ ਜਾਂਦਾ ਹੁਣ ਸਥਿਤੀ ਤੁਸੀਂ ਵੀ ਕੋ ਮੈਂ ਗਏ ਹਾਂ ਤੇ ਬਾਕੀ 4 ਤਰੀਕ ਨੂੰ ਕਲੀਅਰ ਹੋ ਜੂਗੀ। ਬਾਕੀ ਭਾਈ ਸਾਹਿਬ ਸਾਡੇ ਸਤਿਕਾਰਯੋਗ ਨੇ। ਤਾਂ ਕੁਲਬੀਰ ਜੀਰਾ, ਕੁਲਬੀਰ ਜੀਰਾ ਬੜੇ ਸ਼ਾਂਤ ਜੇ ਘੁੰਮ ਰਹੇ ਨੇ ਅੱਜ ਔਰ ਸਾਫ਼ ਤੌਰ ਤੇ ਦਾਵਾ ਕਰਦੇ ਨੇ ਕਿ ਕਾਂਗਰਸ ਕਹਿੰਦੇ ਨੇ ਕਿ ਅੱਗੇ ਜਾ ਰਹੀ ਆ। ਆਪਦੀ ਜਿੱਤ ਦਾ ਦਾਵਾ ਤਾਂ ਕਰਦੇ ਹੀ ਨੇ ਪਰ ਨਾਲ ਹੀ ਕਹਿੰਦੇ ਨੇ ਕਿ ਪੰਜਾਬ ਵੀ ਜਾ ਰਿਹਾ ਜੱਤ ਵੱਲ ਤੇ ਕਹਿੰਦੇ ਨੇ ਕਿ ਕੇਂਦਰ 'ਚ ਵੀ ਕਹਿੰਦੇ ਕਾਂਗਰਸ ਆ ਰਹੀ ਆ। ਪਰ ਦੇਖਦੇ ਆਂ ਕੌਣ ਆਉਂਦਾ। ਕਿਹਨੂੰ ਇਸੇ ਜੱਤ ਆਉਂਦੀ ਆ? ਫਿਲਹਾਲ ਜੋਰਜ ਮੈਚ ਜਾਰੀ ਆ ਆਪਣੀ ਆਪਣੀ ਬਾਤ ਸਾਰਿਆਂ ਨੇ ਲਾਉਣੀ ਆ ਤੇ ਆਪਣਾ ਆਪਣਾ ਦਾਵਾ ਕਰਨ ਦਾ ਹੱਕ ਸਭ ਨੂੰ ਆ ਪਰ ਫੈਸਲਾ ਜਨਤਾ ਨੇ ਕਰਨਾ ਉਸ ਜਨਤਾ ਨੇ ਜਿਹਨੇ ਬਟਨ ਨਪ ਨਪ ਕੇ ਫੈਸਲਾ ਕਰਨਾ ਆ ਆਖਰੀ ਸਥਿਤੀ ਸਪਸ਼ਟ ਜਿਹੜੀ ਉਚਾਰ ਤਿਕ ਨੂੰ ਹੋ ਜੇਗੀ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਹਰੀਕੇ